ਹਾਂਜੀ ਗੁਰੂ ਪਿਆਰੇਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਦਿਲਚਸਪ ਰੋਚਕ ਅਤੇ ਜਾਣਕਾਰੀ ਭਰਪੂਰ ਵੀਡੀਓ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਚੈਨਲ ਜਿੰਦ ਬਡਾਲੀ ਨੋਟੀਫਿਕੇਸ਼ਨ ਵਾਸਤੇ ਬੈਲ ਵਾਲਾ ਬਟਨ ਦਬਣਾ ਨਾ ਭੁੱਲਣਾ ਤਾਂ ਕਿ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਹਾਂਜੀ ਗੁਰੂ ਪਿਆਰੇਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਵਾਗਤ ਹੈ ਤੁਹਾਡਾ YouTube ਚੈਨਲ ਅਤੇ Facebook ਪੇਜ ਉੱਤੇ ਸੋ ਸ਼ੁਰੂ ਕਰਦੇ ਆਪਾਂ ਅੱਜ ਦੀ ਗੱਲਬਾਤ ਸੋ so, 7 ਜੂਨ ਜਾਨੀ ਕਿ ਭਾਰਤੀ ਫੌਜ ਨਾਲ ਯੁੱਧ ਤੋਂ ਬਾਅਦ ਦਾ ਦਿਨ 7 ਜੂਨ 1984 ਇਸ ਦਿਨ ਕੀ ਮੰੰਜਰ ਸੀਗਾ ਦਰਬਾਰ ਸਾਹਿਬ ਤੇ ਉੱਥੇ ਕੀ ਕੀ ਗਤੀਵਿਧੀਆਂ ਹੋਈਆਂ ਉਹ ਦੱਸਾਂਗੇ ਤੁਹਾਨੂੰ ਅੱਜ ਸੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੀਡੀਓ ਤੇ ਬਣੇ ਰਹਿਣਾ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਸੋ ਸਵੇਰ ਤੋਂ ਹੀ ਭਾਰਤੀ ਫੌਜ ਸੰਤਾਂ ਸਮੇਤ ਉਹਨਾਂ ਦੇ ਕੁਝ ਪ੍ਰਮੁੱਖ ਨੇ ਦੀ ਕੀ ਵਿਅਕਤੀਆਂ ਦੀ ਮ੍ਰਿਤਕ ਦੇਹਾਂ ਲੱਭਣ ਦੇ ਵਿੱਚ ਰੁਝੀ ਹੋਈ ਸੀ ਅਖੀਰ ਉਹਨਾਂ ਦਾਅਵਾ ਕੀਤਾ ਕਿ ਉਹਨਾਂ ਨੂੰ ਸੰਤ ਭਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਬਾਬਾ 18 ਸਿੰਘ ਆਦਿ ਦੀਆਂ ਮ੍ਰਿਤਕ ਦੇਹਾਂ ਮਿਲ ਗਈਆਂ ਹਨ ਭਾਰਤ ਸਰਕਾਰ ਨੇ ਬਕਾਇਦਾ ਤੌਰ ਤੇ ਆਪਣੇ ਸਰਕਾਰੀ ਨਿਊਜ਼ ਬੁਲੇਟਨ ਟੈਲੀਵਿਜ਼ਨ ਅਤੇ ਰੇਡੀਓ ਰਾਹੀਂ ਸਵੇਰੇ 8 ਵਜੇ ਖਬਰ ਦੇ ਦਿੱਤੀ ਕਿ ਇਹ ਤਿੰਨੇ ਲਾਸ਼ਾਂ ਸਾਨੂੰ ਮਿਲ ਚੁੱਕੀਆਂ ਹਨ ਅਤੇ ਸੰਤ ਭਿੰਡਰਾਂ ਵਾਲਿਆਂ ਦੇ ਬਾਕੀ ਸਾਥੀ ਵੀ ਮਾਰੇ ਜਾ ਚੁੱਕੇ ਹਨ ਖਬਰ ਵਿੱਚ ਇਹ ਵੀ ਦੱਸਿਆ ਗਿਆ ਕਿ ਸੰਤ ਭਿੰਡਰਾਂ ਵਾਲਿਆਂ ਦੀ ਮ੍ਰਿਤਕ ਦੇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਹਿ ਖਾਨੇ ਯਾਨੀ ਕਿ ਭੌਰੇ ਵਿੱਚੋਂ ਮਿਲੀ ਹੈ ਇਸ ਤੋਂ ਬਾਅਦ ਫੌਜ ਨੇ ਇਹ ਤਿੰਨੇ ਸ਼ਰੀਰ ਉੱਤਰੀ ਘੰਟਾ ਘਾ ਦੀ ਡਿਊਟੀ ਦੇ ਵਿੱਚ ਬਰਫ਼ ਦੀਆਂ ਸੇਲਾਂ ਉੱਪਰ ਰੱਖ ਦਿੱਤੇ ਪਰ ਸ਼੍ਰੀ ਹਰਮੰਦਰ ਸਾਹਿਬ ਦੀ ਸੇਵਾ ਵਿੱਚ ਮੌਜੂਦ ਸਿੰਘ ਸਹਿਬਾਨਾਂ ਵਿੱਚੋਂ ਕਿਸੇ ਨੂੰ ਵੀ ਇਹ ਸ਼ਰੀਰ ਨਹੀਂ ਦਿਖਾਏ ਗਏ ਅਤੇ ਇੱਥੋਂ ਤੱਕ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਤੋਂ ਸ਼ਨਾਖਤ ਨਹੀਂ ਕਰਵਾਈ ਗਈ ਹਾਲਾਂਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਸਮੇਤ ਬਹੁਤ ਸਾਰੇ ਅਹੁਦੇਦਾਰ ਫੌਜ ਦੀ ਹਿਰਾਸਤ ਵਿੱਚ ਸਨ ਇਸ ਤੋਂ ਇਲਾਵਾ ਦਮਦਮਾ ਟਕਸਾਲ ਦਾ ਮੁੱਖ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵੀ ਫੌਜ ਦੇ ਘੇਰੇ ਵਿੱਚ ਸੀ ਤੇ ਉੱਥੋਂ ਵੀ ਕਿਸੇ ਜ਼ਿੰਮੇਵਾਰ ਸਿੰਘ ਨੂੰ ਲਿਆ ਕੇ ਇਹ ਸ਼ਰੀਰ ਨਹੀਂ ਦਿਖਾਏ ਗਏ ਐਵੇਂ ਹੀ ਸੰਤ ਭਿੰਡਰਾਵਾਲਿਆਂ ਦਾ ਘਰ ਪਿੰਡ ਰੋਡੇ ਜ਼ਿਲ੍ਹਾ ਮੋਗਾ ਵੀ ਫੌਜ ਦੇ ਘੇਰੇ ਵਿੱਚ ਸੀ ਪਰ ਕਿਸੇ ਵੀ ਪਰਿਵਾਰਕ ਮੈਂਬਰ ਦੀ ਤਫ਼ਤੀਸ਼ ਤੋਂ ਬਿਨਾਂ ਹੀ ਫੌਜ ਤੇ ਭਾਰਤ ਸਰਕਾਰ ਸੰਤ ਭਿੰਡਰਾਵਾਲਿਆਂ ਨੂੰ ਮ੍ਰਿਤਕ ਐਲਾਨ ਚੁੱਕੀ ਸੀ ਆਲ ਇੰਡੀਆ ਰੇਡੀਓ ਤੋਂ ਬਾਅਦ BBC ਲੰਡਨ ਨੇ ਵੀ ਰੇਡੀਓ ਖਬਰਾਂ ਰਾਹੀਂ ਭਾਰਤ ਸਰਕਾਰ ਦੇ ਹਵਾਲੇ ਨਾਲ ਇਸ ਖਬਰ ਨੂੰ ਦੁਨੀਆ ਭਰ ਵਿੱਚ ਨਸ਼ਰ ਕੀਤਾ। ਦੂਜੇ ਪਾਸੇ ਫੌਜ ਨੇ ਆਪਣੇ ਮ੍ਰਿਤਕ ਫੌਜੀਆਂ ਦੀਆਂ ਲਾਸ਼ਾਂ ਚੁੱਕ-ਚੁੱਕ ਕੇ ਫੌਜ ਵੱਲੋਂ ਬਣਾਏ ਵਿਸ਼ੇਸ਼ ਕੈਂਪ ਵਿੱਚ ਭੇਜਣੀ ਸ਼ੁਰੂ ਕਰ ਦਿੱਤੀਆਂ ਅਤੇ ਨਾਲ-ਨਾਲ ਯੁੱਧ ਲੜਨ ਵਾਲੇ ਸਿੰਘਾਂ ਦੀਆਂ ਲਾਸ਼ਾਂ ਅਤੇ ਆਮ ਛਧਾਲੂਆਂ ਦੀਆਂ ਲਾਸ਼ਾਂ ਰੈੱਡ ਕਰਾਸ ਦੇ ਮੁਲਾਜ਼ਮਾਂ, ਜਮਾਦਾਰਾਂ ਅਤੇ ਕਿਰਾਏਦਾਰ ਵਿਅਕਤੀਆਂ ਨੂੰ ਅਜਾਹੇ ਲਾਲਚ ਦੇ ਕੇ ਚੁਕਵਾਈਆਂ। ਕਿ ਇਹਨਾਂ ਮ੍ਰਿਤਕ ਦੇਹਾਂ ਤੋਂ ਜੋ ਘੜੀਆਂ ਗਹਿਣਾ ਅਤੇ ਨਕਦੀ ਪ੍ਰਾਪਤ ਹੋਵੇ ਉਹ ਤੁਹਾਡੀ ਹੋਵੇਗੀ ਇਸ ਤਰ੍ਹਾਂ ਉਹਨਾਂ ਵੱਲੋਂ ਇਹ ਲਾਸ਼ਾਂ ਟਰਾਲੀਆਂ ਵਿੱਚ ਲੱਕੜਾਂ ਵਾਂਗ ਲੱਤ-ਲੱਤ ਕੇ ਲਜਾਈਆਂ ਗਈਆਂ ਅਤੇ ਅਣਮਨੁੱਖੀ ਢੰਗ ਨਾਲ ਬਿਨਾਂ ਪੋਸਟਮਾਰਟਮ ਕੀਤੇਆਂ ਵਕ-ਵਕ ਥਾਵਾਂ ਤੇ ਸੜ ਦਿੱਤੀਆਂ ਗਈਆਂ ਇਸ ਦੇ ਨਾਲ ਹੀ ਸਰੋਵਰ ਦੀ ਪ੍ਰਕਰਮਾ ਜੋ ਖੂਨ ਦੇ ਨਾਲ ਲਥਪਥ ਹੋ ਚੁੱਕੀ ਸੀ ਉਸ ਦੀ ਸਫਾਈ ਦਾ ਕੰਮ ਵੀ ਫੌਜ ਅਤੇ ਕੁਝ ਹੋਰ ਸਫਾਈ ਮੁਲਾਜ਼ਮਾਂ ਦੀ ਮਦਦ ਨਾਲ ਕੀਤਾ ਅਤੇ ਸਰੋਵਰ ਵਿੱਚ ਤੈਰਦੀਆਂ ਲਾਸ਼ਾਂ ਨੂੰ ਵੀ ਬਾਹਰ ਕੱਢਿਆ ਇਹ ਸਭ ਕੰਮ ਇੰਨੀ ਜਲਦਬਾਜ਼ੀ ਵਿੱਚ ਕੀਤੇ ਗਏ ਕਿ ਸਫਾਈ ਕਰਨ ਦੇ ਬਾਵਜੂਦ ਵੀ ਪ੍ਰਕਰਮਾਂ ਵਿੱਚ ਖੂਨ ਦੇ ਧੱਬਿਆਂ ਦੇ ਨਿਸ਼ਾਨ ਉਸੇ ਤਰ੍ਹਾਂ ਨਜ਼ਰ ਆ ਰਹੇ ਸਨ ਅਤੇ ਕੁਝ ਥਾਵਾਂ ਤੇ ਖੂਨ ਵਹਿ ਰਿਹਾ ਸੀ ਜਨਰਲ ਬਰਾੜ ਆਪਣੀ ਕਿਤਾਬ 'ਚ ਲਿਖਦਾ ਕਿ ਸੰਤ ਭਿੰਡਰਾਂ ਵਾਲਿਆਂ ਦੇ ਮ੍ਰਿਤਕ ਦੇ ਦੀ ਸ਼ਨਾਖਤ ਪੰਜਾਬ ਪੁਲਿਸ ਸੀਆਈਡੀ ਕੁਝ ਹੋਰ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਸੰਤਾਂ ਦੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਨੇ ਵੀ ਕੀਤੀ ਸੀ ਜਨਰਲ ਬਰਾੜ ਦੀ ਇਹ ਗੱਲ ਬਿਲਕੁਲ ਹੀ ਬਿਲਕੁਲ ਹੀ ਅਧਾਰਹੀਣ ਹੈ ਸੋ ਇਹਦਾ ਖੁਲਾਸਾ ਜਿਹੜਾ ਖੁਦ ਕੈਪਟਨ ਹਰਚਰਨ ਸਿੰਘ ਰੋਡੇ ਨੇ ਕੀਤਾ ਸੋ ਇਸ ਦੇ ਬਾਰੇ ਕੈਪਟਨ ਹਰਚਰਨ ਸਿੰਘ ਰੋਡੇ ਕੀ ਕਹਿੰਦੇ ਨੇ ਉਹ ਵੀ ਦੱਸਦੇ ਆ ਤੁਹਾਨੂੰ ਸੋ ਉਹ ਦੱਸਦੇ ਆ ਕੈਪਟਨ ਹਰਚਰਨ ਸਿੰਘ ਰੋਡੇ ਦੇ ਦੱਸਣ ਮੁਤਾਬਕ ਕਿ ਉਸ ਸਮੇਂ ਉਹ ਜਲੰਧਰ ਵਿੱਚ 61 ਇੰਜੀਨੀਅਰ ਰੈਜiment ਵਿੱਚ ਸੂਬੇਦਾਰ ਮੇਜਰ ਸੀ ਸਵੇਰੇ 7 ਜੂਨ 1984 ਨੂੰ ਆਪਣੇ ਕੁਆਟਰ ਤੋਂ ਦਫ਼ਤਰ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ 8 ਵਜੇ ਦੀ ਰੇਡੀਓ ਨਿਊਜ਼ ਵਿੱਚ ਦੱਸਿਆ ਗਿਆ ਕਿ ਸੰਤ ਭਿੰਡਰਾਂਵਾਲਿਆਂ ਦਾ ਸ਼ਵ ਮਿਲ ਗਿਆ ਹੈ। ਇਹ ਖਬਰ ਸੁਣ ਕੇ ਉਹ ਕਹਿੰਦੇ ਕਿ ਮੈਂ ਬਹੁਤ ਪਰੇਸ਼ਾਨ ਅਤੇ ਜਜ਼ਬਾਤੀ ਹੋ ਗਿਆ। ਮੈਂ ਤੁਰੰਤ ਹੀ ਦਫ਼ਤਰ ਗਿਆ ਤੇ ਰੈਜiment ਦੇ ਕਮਾਂਡਰ ਕਰਨਲ ਏਕੇ ਸਰਹੱਟੀ ਨੂੰ ਮਿਲਿਆ। ਉਹ ਵੀ ਇਹ ਖਬਰ ਸੁਣ ਚੁੱਕਾ ਸੀ। ਉਸਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਤੁਹਾਡਾ ਭਰਾ ਮਾਰਿਆ ਜਾ ਚੁੱਕਾ ਹੈ। ਮੈਂ ਉਸਨੂੰ ਕਿਹਾ ਕਿ ਮੈਂ ਇਸੇ ਵਕਤ ਸ਼੍ਰੀ ਅੰਮ੍ਰਿਤਸਰ ਜਾਣਾ ਚਾਹੁੰਦਾ ਹਾਂ। ਕਿਉਂਕਿ ਮੇਰੇ ਭਰਾ ਭਤੀਜੇ ਤੇ ਹੋਰ ਕਾਫੀ ਪਰਿਵਾਰਕ ਮੈਂਬਰ ਉਥੇ ਸ਼ਹੀਦ ਹੋਏ ਹਨ ਤਾਂ ਕਰਨਲ ਜ਼ਰਾਟੀ ਨੇ ਕਿਹਾ ਕਿ ਇਸ ਸਬੰਧ ਵਿੱਚ ਕੋਰ ਕਮਾਂਡਰ ਤੋਂ ਪੁੱਛਣਾ ਪਵੇਗਾ ਸ਼ਾਇਦ ਉਹ ਆਗਿਆ ਨਹੀਂ ਦੇਵੇਗਾ ਮੈਂ ਕਿਹਾ ਕਿ ਮੈਨੂੰ ਉਥੇ ਜਾਣ ਦਿੱਤਾ ਜਾਵੇ ਨਹੀਂ ਤਾਂ ਗ੍ਰਿਫਤਾਰ ਕਰ ਲਵੋ ਮੇਰੇ ਜਜ਼ਬਾਤ ਅਤੇ ਹਾਲਾਤ ਨੂੰ ਵੇਖਦੇ ਆ ਉਸ ਨੇ ਕੋਰ ਕਮਾਂਡਰ ਗौरी शंकर ਤੋਂ ਇਜਾਜ਼ਤ ਲੈ ਲਈ ਅਤੇ ਮੇਰੇ ਨਾਲ ਸੂਬੇਦਾਰ ਹੰਸਰਾਜ ਅਤੇ ਹੋਰ ਦੋ ਜਵਾਨਾਂ ਦੀ ਡਿਊਟੀ ਲਾ ਕੇ ਅੰਮ੍ਰਿਤਸਰ ਜਾਣ ਦਿੱਤਾ ਗਿਆ ਉੱਥੇ ਚਾਰਚ ਫੇਰੇ ਸਨਾਟਾ ਛਾਇਆ ਹੋਇਆ ਸੀ ਅਤੇ ਪੂਰੀ ਤਰ੍ਹਾਂ ਸੁੰਨ ਬਰਾਨ ਪਸਰੀ ਹੋਈ ਸੀ ਅਸੀਂ ਸ਼ਾਮ 3 ਵਜੇ ਪੂਰਬੀ ਘੰਟਾ ਘਰ ਵਿਖੇ ਪਹੁੰਚੇ ਥੋੜਾ ਅੱਗੇ ਵੱਧ ਕੇ ਦੇਖਿਆ ਕਿ ਸ਼੍ਰੀ ਦਰਬਾਰ ਸਾਹਿਬ ਦੇ ਚਾਰ ਚੁਫੇਰੇ ਅੰਦਰਲੇ ਕਮਰਿਆਂ ਅਤੇ ਨੇੜੇ ਦੀਆਂ ਬਿਲਡਿੰਗਾਂ ਵਿੱਚੋਂ ਧੂਆਂ ਨਿਕਲ ਰਿਹਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਸਰੋਵਰ ਦੇ ਵਿੱਚ ਲਾਸ਼ਾਂ ਤੈਰ ਰਹੀਆਂ ਸਨ ਅਤੇ ਪ੍ਰਕਰਮਾਂ ਦੇ ਕਮਰਿਆਂ ਵਿੱਚੋਂ ਲਾਸ਼ਾਂ ਚੁੱਕੀਆਂ ਜਾ ਰਹੀਆਂ ਸਨ ਕੁਝ ਥਾਮਾਂ ਤੇ ਖੂਨ ਅਤੇ ਮਿਜਦੀਆਂ ਘਰਾਲਾ ਵਗੀਆਂ ਹੋਈਆਂ ਸਨ ਮੇਰਾ ਵਜੂਦ ਪੂਰੀ ਤਰ੍ਹਾਂ ਦਹਿਲ ਗਿਆ ਤੇ ਦਿਮਾਗ ਚਕਰਾਂ ਗਿਆ ਪਰ ਐਸੇ ਹਾਲਾਤ ਵਿੱਚ ਘੰਟਾ ਘਰ ਵਾਲੀ ਫਰਸ਼ ਤੋਂ ਹੀ ਦਰਬਾਰ ਸਾਹਿਬ ਨੂੰ ਮੱਥਾ ਟੇਕਿਆ ਤੇ ਵੇਖਿਆ ਕਿ ਘੰਟਾ ਘਰੀ ਡਿਊਟੀ ਵਿੱਚ ਘੰਟਾ ਘਰੀ ਡਿਊਟੀ ਵਿੱਚ ਸੱਜੇ ਪਾਸੇ ਤਿੰਨ ਸਰੀਰ ਬਰਫ਼ ਉੱਪਰ ਪਏ ਸਨ ਮੇਰੇ ਮਨ ਵਿੱਚ ਕਿਸੇ ਕਿਸਮ ਦੀ ਸ਼ੰਕਾ ਨਹੀਂ ਸੀ ਕਿਉਂਕਿ ਸਵੇਰੇ 8 ਵਜੇ ਦੀ ਖ਼ਬਰ ਸੁਣਨ ਤੋਂ ਬਾਅਦ ਹੀ ਮੈਂ ਜਰੰਦਰ ਤੋਂ ਚੱਲਿਆ ਸੀ ਕਿ ਸੰਤਾਂ ਦੀ ਮ੍ਰਿਤਕ ਦੇਹ ਮਿਲ ਚੁੱਕੀ ਹੈ ਫਿਰ ਮੈਂ ਸੂਬੇਦਾਰ ਹੰਸਰਾਜ ਇਹਨਾਂ ਰੱਖੀਆਂ ਹੋਈਆਂ ਲਾਸ਼ਾਂ ਕੋਲ ਪਹੁੰਚੇ ਜੋ ਫੌਜ ਵੱਲੋਂ ਪਹਿਲਾਂ ਹੀ ਐਲਾਨੀਆਂ ਜਾ ਚੁੱਕੀਆਂ ਸਨ ਮੈਂ ਸੰਤਾਂ ਦੀ ਉਸ ਦੇਹ ਕੋਲ ਬੈਠ ਗਿਆ ਉਹਨਾਂ ਦੇ ਗੋਡੇਆਂ ਉੱਤੇ ਹੱਥ ਲਾ ਕੇ ਨਮਸਕਾਰ ਕਰਕੇ ਫਤਿਹ ਬੁਲਾਈ ਉਹਨਾਂ ਦੇ ਸਿਰ ਤੇ ਕੇਸ ਪਿੱਛੇ ਨੂੰ ਪਾਏ ਹੋਏ ਸਨ ਤੇ ਸਰੀਰ ਉਹਨਾਂ ਦਾ ਸਪਸ਼ਟ ਸਿੱਧਾ ਰੱਖਿਆ ਹੋਇਆ ਸੀ ਦੋਨਾਂ ਹੱਥਾਂ ਵਿੱਚ ਸਰਬ ਲੋਹ ਦੇ ਕੜੇ ਸਨ ਇੱਕ ਅੱਖ ਗੋਲੀਆਂ ਵੱਜਣ ਨਾਲ ਬੈਠੀ ਹੋਈ ਸੀ ਕਿਉਂਕਿ ਮੈਨੂੰ ਜਦੋਂ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਕਿ ਸੰਤਾਂ ਦੀ ਸ਼ਹੀਦੀ ਹੋ ਗਈ ਹੈ ਕੋਈ ਸ਼ੱਕ ਨਹੀਂ ਸੀ ਉਹਨਾਂ ਦਾ ਚਿਹਰਾ ਮੋਰਾ ਮੋٹے ਤੌਰ ਤੇ ਵੇਖਿਆ ਤਾਂ ਮੇਰਾ ਮਨ ਭਰ ਆਇਆ ਇਸ ਤੋਂ ਬਾਅਦ ਦਰਬਾਰ ਸਾਹਿਬ ਮੱਥਾ ਟੇਕਿਆ ਉਸ ਸਮੇਂ ਟੈਲੀਵਿਜ਼ਨ ਵਾਲੇ ਫੋਟੋਆਂ ਲੈ ਰਹੇ ਸਨ ਇਸ ਦੌਰਾਨ ਮੇਰੀ ਵੀ ਇੱਕ ਫੋਟੋ ਲੈ ਲਈ ਗਈ ਅਤੇ ਇਸ ਆਧਾਰ ਤੇ ਕਿਹਾ ਗਿਆ ਕਿ ਸੰਤ ਭਿੰਡਰਾਂ ਵਾਲਿਆਂ ਦੇ ਭਰਾ ਨੇ ਉਹਨਾਂ ਦੀ ਛਨਾਕਤ ਕੀਤੀ ਹੈ ਪਰ ਮੈਨੂੰ ਬੜਾ ਅਫਸੋਸ ਹੈ ਕਿ ਜਨਰਲ ਬਰਾੜ ਜਿਸ ਨੂੰ ਸਭ ਕੁਝ ਪਤਾ ਹੈ ਕਿ ਕੈਪਟਨ ਰੋਡੇ ਕਦੋਂ ਆਇਆ ਕਿਉਂਕਿ ਮੇਰੇ ਉੱਥੇ ਪਹੁੰਚਣ ਤੋਂ 7 ਘੰਟੇ ਪਹਿਲਾਂ ਹੀ ਸੰਤਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਜਰਨਲ ਬਰਾੜ ਨੇ ਵੀ ਆਪਣੇ ਵੱਲੋਂ ਲਿਖੀ ਕਿਤਾਬ ਵਿੱਚ ਬਿਨਾਂ ਤੱਥਾਂ ਤੋਂ ਹੀ ਲਿਖ ਦਿੱਤਾ ਕਿ ਸੰਤਾਂ ਦੇ ਭਰਾ ਤੋਂ ਛੁਨਾਕਿਤ ਕਰਵਾਈ ਸੀ ਇਹ ਇਹਨਾਂ ਦੀਆਂ ਬੜੀਆਂ ਬੇਹਯਾਤ ਤੇ ਸ਼ਰਮਨਾਕ ਗੱਲਾਂ ਹਨ ਜਦੋਂ ਮੈਂ ਜਿਹੜੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਸਰਕਾਰੀ ਐਲਾਨ ਤੋਂ 7 ਘੰਟੇ ਬਾਅਦ ਪਹੁੰਚਿਆ ਹਾਂ ਤਾਂ ਫਿਰ ਮੇਰੇ ਵੱਲੋਂ ਛੁਨਾਕਿਤ ਕਰਨ ਦੀ ਕੀ ਤੁਕ ਬਣਦੀ ਹੈ ਪਰ ਇਸ ਦਾ ਖੰਡਨ ਮੈਂ ਇਸ ਲਈ ਨਹੀਂ ਕੀਤਾ ਕਿਉਂਕਿ ਭਾਵੇਂ ਮੈਂ ਆਪਣੇ ਤੌਰ ਤੇ ਹੀ ਕੋਸ਼ਿਸ਼ ਕਰਕੇ ਸ਼੍ਰੀ ਅੰਮ੍ਰਿਤਸਰ ਗਿਆ ਸੀ ਅਤੇ ਮੈਨੂੰ ਕਿਸੇ ਨੇ ਛਾਣਖਤ ਕਰਨ ਲਈ ਨਹੀਂ ਕਿਹਾ ਸੀ ਪਰ ਮੈਂ ਵੇਖ ਕੇ ਤਾਂ ਆਇਆ ਹੀ ਹਾਂ ਹਾਲਾਂਕਿ ਕਈ ਤਰ੍ਹਾਂ ਦੇ ਸ਼ੰਕੇ ਖੜੇ ਹੋ ਰਹੇ ਸਨ ਸਾਕਾ ਨੀਲਾ ਤਾਰਾ ਦੌਰਾਨ ਜ਼ਖਮੀ ਹੋਏ ਬਹੁਤ ਸਾਰੇ ਅਫਸਰ ਤੇ ਜਵਾਨ ਜਲੰਧਰ ਦੇ ਮਿਲਟਰੀ ਹਸਪਤਾਲ ਵਿੱਚ ਦਾਖਲ ਸਨ ਇਹਨਾਂ ਜ਼ਖਮੀਆਂ ਤੋਂ ਸਾਕਾ ਨੀਲਾ ਤਾਰਾ ਹਮਲਾ ਬਾਰੇ ਹੋਰ ਜ਼ਿਆਦਾ ਜਾਣਨ ਲਈ ਉਹਨਾਂ ਦਾ ਪਤਾ ਲੈਣ ਦੇ ਬਹਾਨੇ ਮੈਂ ਉਹਨਾਂ ਕੋਲ ਜਾਂਦਾ ਸੀ ਇਤੋਂ ਤੱਕ ਇਤੋਂ ਇੱਕ ਸਿੱਖ ਜਵਾਨ ਜਿਸ ਦੀ ਗੋਡੇ ਕੋਲੋਂ ਇੱਕ ਲੱਤ ਵੱਡੀ ਹੋਈ ਸੀ ਮੈਂ ਉਸ ਨੂੰ ਪੁੱਛਿਆ ਕਿ ਤੂੰ ਕਿਹੜੀ ਯੂਨਿਟ ਦਾ ਹੈ ਉਸਨੇ ਦੱਸਿਆ ਕਿ ਮੈਂ 10 ਗਾਰਡ ਦਾ ਹਾਂ ਅਤੇ 6 ਜੂਨ ਦੀ ਰਾਤ ਨੂੰ ਜਦੋਂ ਅਸੀਂ ਸੁਣਿਆ ਕਿ ਸੰਧ ਜਰਨੈਲ ਸਿੰਘ ਦੀ ਖਾਲਸਾ ਜਿਹਨੂੰ ਸ਼ਹੀਦ ਕਰ ਦਿੱਤਾ ਤਾਂ ਅਸੀਂ ਲਾਛਾਂ ਉੱਪਰ ਦੀ ਲੰਘ ਕੇ ਉੱਥੇ ਗਏ ਕਿਉਂਕਿ ਅਸੀਂ ਸੰਤਾਂ ਨੂੰ ਪਹਿਲਾਂ ਵੀ ਮਿਲਦੇ ਰਹੇ ਹਾਂ ਇਸ ਲਈ ਮੈਂ ਉਹਨਾਂ ਨੂੰ ਜਾਣਦਾ ਸੀ ਮੈਂ ਵੇਖਿਆ ਕਿ ਉਹ ਸੰਧ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪ ਨਹੀਂ ਸਨ ਸਗੋਂ ਕੋਈ ਹੋਰ ਸਿੰਘ ਸੀ ਮੈਂ ਉਸ ਨੂੰ ਕਿਹਾ ਕਿ ਖਬਰਾਂ ਆਈਆਂ ਹਨ ਕਿ ਸੰਤਾਂ ਦਾ ਭਰਾ ਉਹਨਾਂ ਨੂੰ ਵੇਖ ਕੇ ਆਇਆ ਹੈ ਉਹ ਕਹਿੰਦਾ ਕਿ ਪਤਾ ਨਹੀਂ ਇਹ ਕਿਵੇਂ ਹੋਇਆ ਪਰ ਇਹ ਖਬਰ ਗਲਤ ਹੈ ਹਾਲਾਂਕਿ ਮੈਂ ਉਸ ਨੂੰ ਨਹੀਂ ਦੱਸਿਆ ਸੀ ਕਿ ਮੈਂ ਹੀ ਉਹਨਾਂ ਦਾ ਭਰਾ ਹਾਂ ਫਿਰ ਮੈਂ ਕੈਪਟਨ ਉਹਨੂੰ ਪੁੱਛਿਆ ਕਿ ਤੂੰ ਕਿਵੇਂ ਕਹਿ ਸਕਦਾ ਹੈ ਕਿ ਸੰਤ ਸ਼ਹੀਦ ਨਹੀਂ ਹੋਏ ਅਤੇ ਲਾਚ ਕਿਸ ਕਿਸੇ ਹੋਰ ਸਿੰਘ ਦੀ ਸੀ ਤੂੰ ਕੀ ਵੇਖਿਆ ਹੈ ਕੋਈ ਨਿਸ਼ਾਨੀ ਤਾਂ ਦੱਸ ਉਸਨੇ ਸੰਤਾਂ ਦੇ ਚਿਹਰੇ ਮੂਰੇ ਅਤੇ ਕੱਦ-ਕਾਠ ਬਾਰੇ ਇਨ-ਬਿਨ ਦੱਸਿਆ ਉਹ ਕਹਿਣ ਲੱਗਾ ਕਿ ਸੰਤਾਂ ਦੀ ਦਾੜ੍ਹੀ ਲੰਬੀ ਸੀ ਪਰ ਜੋ ਮਿਰਤਕ ਸਿੰਘ ਉੱਥੇ ਵੇਖਿਆ ਉਹ ਸੰਤ ਨਹੀਂ ਸੀ ਸਗੋਂ ਕੋਈ ਹੋਰ ਸਿੰਘ ਸੀ ਉਸ ਦੀਆਂ ਇਹ ਗੱਲਾਂ ਸੁਣ ਕੇ ਮੇਰੇ ਮਨ ਵਿੱਚ ਸ਼ੱਕ ਪਿਆ ਕਿ ਮੈਂ ਇਸ ਸਭ ਕਾਸੇ ਦੀ ਚੰਗੀ ਤਰ੍ਹਾਂ ਤਫ਼ਤੀਸ਼ ਨਹੀਂ ਕੀਤੀ ਜੇ ਮੈਂ ਚਾਹੁੰਦਾ ਤਾਂ ਹੋਰ ਵੀ ਬਹੁਤ ਤਫ਼ਤੀਸ਼ ਨਾਲ ਤਸੱਲੀ ਕਰ ਸਕਦਾ ਸੀ ਪਰ ਮੇਰੇ ਮਨ ਵਿੱਚ ਉਸ ਸਮੇਂ ਤਾਂ ਅਜਿਹੀ ਕੋਈ ਸ਼ੰਕਾ ਹੀ ਨਹੀਂ ਸੀ ਅਜਈਆਂ ਹੋਰ ਵੀ ਬਹੁਤ ਗੱਲਾਂ ਸੁਣੀਆਂ ਪਰ ਮੈਂ ਆਪਣੇ ਅਕੀਦੇ ਤੇ ਹੀ ਡਿੜ ਰਿਹਾ ਸੋ ਇਹ ਸੀ ਕੈਪਟਨ ਹਰਚਰਨ ਸਿੰਘ ਰੋਡੇ ਵੱਲੋਂ ਅ ਦੱਸਿਆ ਗਿਆ ਅਤਲ ਸੱਚ ਕਿ ਸੰਤਾਂ ਤਾਂ ਨਹੀਂ ਚਨਾਕਤ ਜਦੋਂ ਉਹਨਾਂ ਨੇ ਕੀਤੀ ਉਹ ਨਹੀਂ ਤੇ ਇਹ ਗੱਲ ਵੀ ਝੂਠ ਫੈਲਾਈ ਗਈ ਸੀ ਸਰਕਾਰ ਵੱਲੋਂ ਸੋ ਇਹ 7 ਜੂਨ ਦੀ ਕਹਿ ਲਈਏ ਵੀ ਕਾਰਵਾਈ ਸੀਗੀ ਜਿਹੜੀ ਹੋਈ ਹੈ ਹਾਂਜੀ ਸੋ ਇਸ ਤੋਂ ਬਾਅਦ ਆਪਾਂ ਅਗਲੀ ਵੀਡੀਓ ਕਰਾਂਗੇ ਤੁਹਾਡੇ ਰੂਬਰੂ ਤੇ ਉਦੋਂ ਤੱਕ ਦਿਓ ਆ ਗਿਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਤਾਂ ਕਿ ਇਹ ਚੀਜ਼ਾਂ ਜਿਹੜੀਆਂ ਆਪਾਂ ਆਮ ਸੰਗਤ ਨੂੰ ਵੀ ਦੱਸ ਸਕੀਏ ਤੇ ਅਸਲ ਗੱਲਾਂ ਦਾ ਪਤਾ ਲੱਗ ਸਕੇ ਕਿਉਂਕਿ ਇਹ ਗੱਲਾਂ ਸਾਰੀਆਂ ਹੀ ਸੰਤਾਂ ਦੇ ਭਤੀਜੇ ਭਾਈ ਜਸਵੀਰ ਸਿੰਘ ਰੋਡੇ ਜੀ ਨੇ ਆਪਣੀ ਕਿਤਾਬ ਸੁਹਰਦ ਖਾਲਸਾ ਦੇ ਵਿੱਚ ਬਕਾਇਦਾ ਲਿਖੀਆਂ ਨੇ ਹਾਂਜੀ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਰੋਕ ਤੱਕ ਦੇਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ